ਅਮ੍ਰਿਤਸਰ ਸਾਹਿਬ ਕਪੂਰਥਲਾ ਹੈਰੀਟੇਜ ਸਿਟੀ ਹੈ ਪਹਿਲੀ ਆਬਜ਼ਰਵੇਸ਼ਨ ਕੀ ਹੈ ਬਿਲਡਿੰਗਸ ਨੂੰ ਇਸ ਤਰ੍ਹਾਂ ਜੀ ਕਿ ਕਾਫੀ ਦੇਰ ਹੋ ਚੁੱਕੀ ਹੈ ਔਰ ਡਿਸੀਜਨ ਲੈਣੇ ਪੈਣਗੇ ਇੱਕ DAC ਜਿਹੜੀ ਕਿ ਬਹੁਤ ਜ਼ਿਆਦਾ ਡਿਲੇ ਹੋ ਚੁੱਕੀ ਉੱਥੇ ਬਿਲਡਿੰਗ ਬਣੀ ਹੋਈ ਹੈ 4 ਕਰੋੜ ਰੁਪਈਏ ਸਿਰਫ ਪੇਮੈਂਟ ਦੀ ਡਿਲੇ ਹੈ ਮੈਂ ਮਿਨਿਸਟਰ ਨਾਲ ਗੱਲ ਕੀਤੀ ਹੈ ਉਹ ਬਹੁਤ ਛੇਤੀ ਹੋ ਰਿਹਾ ਐਂਡ ਵਿਦਇਨ 3 ਮੰਥਸ ਦੇ ਵਿਲ ਸ਼ਿਫਟ ਸਾਡੇ ਕੋਲ 2-3 ਆਪਸ਼ਨਾਂ ਨੇ ਇੱਕ ਤਾਂ ਇਹਨੂੰ ਕਨਵੈਨਸ਼ਨ ਹਾਲ ਬਣਾ ਨਾਲ ਇਹਦੇ ਬਹੁਤ ਵਧੀਆ ਖਾਣੇ ਦਾ ਉਹ ਜਾਂ ਫਿਰ ਬੁਟੀਕ ਹੋਟਲ ਵੀ ਹੈਵ ਟੂ ਆਲਸੋ ਥਿੰਕ ਆਫ ਇਟ ਇਨ ਅ ਹੋਲਿਸਟਿਕ ਮੈਨਰ ਦੀ ਹੋਲ ਇਜ਼ ਲਾਰਜਰ ਦੈਨ ਦੀ ਪਾਰਟਸ ਕਿ ਇੰਜਨ ਪੂਰਾ ਜਿਹੜਾ ਹੈ ਅਤੇ ਉਹਦੇ 'ਚ ਫਿਰ ਉਹ ਵਰਸਾਏ ਵਾਲਾ ਪੈਲਸ ਵੀ ਸਾਨੂੰ ਦੇਖਣਾ ਪਏਗਾ ਉਹ ਵੀ ਭੁਰ ਰਿਹਾ ਡਿੱਗ ਰਿਹਾ ਔਰ ਉਹ ਐਡੀ ਵੱਡੀ ਵਿਰਾਸਤ ਹੈ ਸਾਡੇ ਸੂਬੇ ਦੀ ਬੇਸ਼ਕੀਮਤ ਨਾਯਾਬ ਜਿਹਨੂੰ ਕਹਿੰਦੇ ਨੇ ਅਨਮੋਲ ਅਤੇ ਅਨਮੋਲ ਰਤਨ ਨੂੰ ਅਨਮੋਲ ਤੋਂ ਅਨਮੋਲ ਰਤਨ ਨੂੰ ਆਪਣਾ ਮੋਲ ਨਹੀਂ ਪਤਾ ਹੁੰਦਾ ਉਹ ਜਿਹਾ ਉਹ ਪ੍ਰਾਈਸਲੈਸ ਉਹ ਹੈ ਜਿਹੜਾ ਭੁਰ ਰਿਹਾ ਗਿਰ ਰਿਹਾ ਔਰ ਸਕੂਲ ਵਾਲਿਆਂ ਨੂੰ ਇਹ ਨਹੀਂ ਪਤਾ ਵੀ ਇਹਨੂੰ ਰਿਸਟੋਰ ਕਿਵੇਂ ਕਰਨਾ ਨਾ ਹੀ ਉਹਨਾਂ ਕੋਲ ਫੰਡਸ ਅਸੀਂ ਉਹਨਾਂ ਨੂੰ ਆਫਰ ਦਿੱਤੀ ਹੈ ਬਈ ਇਹ 250 ਏਕੜਾਂ 'ਚੋਂ ਤੁਸੀਂ 100 ਏਕੜ ਲੈ ਲਓ ਤੁਸੀਂ ਆਪਣਾ ਸਕੂਲ ਬਣਾਓ ਪ੍ਰੋਪਰ ਸੈਨਿਕ ਸਕੂਲ ਕਪੂਰਥਲਾ ਜਿਸ ਤਰ੍ਹਾਂ ਬਣਾਉਣਾ ਮਨਪ੍ਰੀਤ ਭਾਅ ਜੀ ਨੇ 10 ਕਰੋੜ ਰੁਪਇਆ ਲਾ ਵੀ ਦਿੱਤਾ ਕੈਪਟਨ ਸਾਹਿਬ ਨੇ ਅਨਾਊਂਸਮੈਂਟ ਕੀਤੀ ਸੀ ਫੌਜ ਦਾ ਬੋਰਡ ਹੈ ਉਹਨਾਂ ਨਾਲ ਸਾਨੂੰ ਮਿਲਾ ਦਿਓ ਬਟ ਉਹ ਡਿਸੀਜਨ ਸਾਨੂੰ ਹੁਣ ਲੈਣੇ ਪੈਣਗੇ ਦੇਰ ਨਾ ਹੋ ਜਾਏ ਕਹੀਂ ਦੇਰ ਨਾ ਹੋ ਜਾਏ ਕਿਉਂਕਿ ਇਹ ਵੀ ਹੋ ਸਕਦਾ ਵੀ ਉੱਥੇ ਕੋਈ ਅਨਸੇਫ ਡਿਕਲੇਅਰ ਕਰ ਗਏ ਉਹ ਬਿਲਡਿੰਗ ਕੋਈ ਹਾਦਸਾ ਹੋ ਜਾਏ ਉਹਦੀ ਜ਼ਿੰਮੇਵਾਰੀ ਸਰਕਾਰ ਨਹੀਂ ਲੈ ਸਕਦੀ ਅਸੀਂ ਉਸ ਬਿਲਡਿੰਗ ਦੇ ਵਿੱਚ ਵੀ ਵਿਲ ਮੇਕ ਇਟ ਅ ਵਰਲਡ ਕਲਾਸ ਬੁਟੀਕ ਹੋਟਲ by restoring everything possible kapurthala is a heritage city and there is so many heritage buildings are there assi kapurthale di har heritage nu protect karn nu taiyar ha sade kol hun paise ne sade kol matlab har tarah de sadhan ne with which we can change it decisions have to be taken we've taken 2 decisions ethe wala te utthe wala main decision lena fir cm sahab nu dassna heritage nu badhawa den layi mele hunde si kapurthala ch badi der to band dekho restore kar ditao mela ਜਦੋਂ ਪਟਿਆਲੇ ਵਾਲਾ ਹੋਇਆ ਤਾਂ ਇੱਥੇ ਵੀ ਹੋਊ ਜਦੋਂ ਇੱਥੇ ਹੋਇਆ ਤਾਂ ਅੰਮ੍ਰਿਤਸਰ ਵੀ ਹੋਊ ਦੇਰ ਆਰ 3 or 4 ਵੈਟਲੈਂਡਸ ਹਾਂਜੀ ਹੈ ਇੱਕ ਕੇਸ਼ਵਪੁਰ ਹੈ ਜਿਹੜਾ ਮੈਂ ਜਾ ਕੇ ਆਇਆ ਸੀਗਾ ਉੱਥੇ ਥੋੜ੍ਹੀਆਂ ਸੜਕਾਂ ਬਣਨ ਵਾਲੀਆਂ ਨੇ ਹੌਲੀ ਹੌਲੀ ਵੀ ਆਰ ਗੋਇੰਗ ਟੂ ਰਿਸਟੋਰ ਆਲ ਆਫ ਦੈਮ ਐਂਡ ਆਈ ਥਿੰਕ ਦੀ ਮੋਸਟ ਇੰਪੋਰਟੈਂਟ ਇਸ ਹਰੀਕੇ ਜਿਹੜਾ ਹੈਗਾ ਉਦੋਂ ਉੱਤੇ ਦੀ ਮਤਲਬ ਇੰਡੀਆ 'ਚ ਕੋਈ ਨੈਚੁਰਲ ਹੈ ਤਿੰਨ ਦਰਿਆ ਡਿੱਗ ਨਹੀਂ ਹੈ ਪਰ ਉੱਥੇ 3 ਦਰਿਆ ਡਿੱਗਦੇ ਆ ਵੀ ਹੈਵ ਟੂ ਪ੍ਰਾਇਰਟਾਈਜ਼ ਸੋ ਪਹਿਲਾਂ ਉਹਨੂੰ ਕਰਕੇ ਫਿਰ ਅਸੀਂ ਕਾਂਜਲੀ ਵੀ ਆਵਾਂਗੇ ਅਤੇ ਕਿਸ਼ੋਪ ਇਹਨਾਂ ਨੂੰ ਛੱਡਣਾ ਨਹੀਂ ਲੇਕਿਨ ਉਹਨੂੰ ਉਸੇ ਤਰੀਕੇ ਦੇ ਨਾਲ ਰੈਪਲੀਕੇਟ ਕਰਨਾ ਵਾਂਟਸ ਵੀ ਮੇਕ 1 ਸਕਸੈਸਫੁਲ ਬਿਗਿਨਿੰਗ ਵੀ ਆਰ ਗੋਇੰਗ ਟੂ ਰੈਪਲੀਕੇਟ ਦੈਟ ਐਟ ਕਿਸ਼ੋਪੁਰ ਦੇਖੋ ਉੱਥੇ ਵੀ ਹੁਣ ਸੈਂਟਰ ਖੋਲ੍ਹ ਦਿੱਤਾ ਹੈ ਆਈ ਵੈਂਟ ਦੇਅਰ ਆਈ ਵਿਲ ਗੋ ਟੂ ਕਾਂਜਲੀ ਆਲਸੋ ਰਾਈਟ ਵੀ ਵਿਲ ਅਸੈਸ ਵਾਟ ਵੀ ਕੈਨ ਡੂ ਦੇਖੋ 10 ਟੈਂਟ ਲਾਣੇ ਫਿਰ ਫੋਟੋਗ੍ਰਾਫੀ ਕੰਪੀਟੀਸ਼ਨ ਕਰਾ ਰਹੇ ਸੀ ਫੋਟੋ ਓ ਯੈਸ ਵੀ ਹੈਵ 590 crore ਸਰ ਐਂਡ ਐਟ ਦ ਮੋਮੈਂਟ 340 ADB ਕੋਲ ਬਾਕੀ ਸਰਕਾਰ ਕੋਲੋਂ ਲੈ ਲਿਆ ਸੈਂਟਰ ਦੀ ਸਰਕਾਰ ਕੋਲੋਂ ਦੇਰ ਆਰ ਫੰਡਸ ਅਵੇਲੇਬਲ ਇਨ ਸਵਦੇਸ਼ ਦੇਰ ਆਰ ਫੰਡਸ ਅਵੇਲੇਬਲ ਇਨ ਪ੍ਰਸਾਦ ਵੀ ਆਰ ਗੋਇੰਗ ਟੂ ਬੀ ਅਪਲਾਈਂਗ ਫੋਰ ਅਨਦਰ 100 crore ਅਤੇ ਮੈਂ ਸੋਚਦਾ ਕਿ ਸੈਰ ਸਪਾਟੇ ਨਾਲ 11% ਇਨਕਮ ਆਉਂਦੀ ਹੈ ਔਰ ਸਵਿਟਜ਼ਰਲੈਂਡ ਵਰਗੇ ਮੁਲਕ ਜਿਹੜੇ ਨੇ 60% ਜਿਹੜਾ ਕੀ ਨਾਂ ਇਹਦਾ ਥਾਈਲੈਂਡ ਵਰਗੇ ਮੁਲਕ ਜਿਹੜੇ ਨੇ 70% ਇਕੱਲੇ ਟੂਰਿਜ਼ਮ ਤੋਂ ਕਮਾ ਰਹੇ ਦੇਖੋ ਐਕਚੁਅਲੀ ਕੀ ਹੈ ਕਿ ਮੈਂ ਹੁਣ ਅੱਜ ਇੱਥੇ ਜੇ ਉਹਦੇ 'ਤੇ ਬੋਲਿਆ ਨਾ ਮੈਂ ਸਮਰਥਨ ਕਰਦਾ ਕੈਪਟਨ ਸਾਹਿਬ ਦਾ ਜੋ ਕੈਪਟਨ ਸਾਹਿਬ ਨੇ ਕਿਹਾ ਔਰ ਜਾਖੜ ਸਾਹਿਬ ਨੇ ਕਿਹਾ ਬਿਲਕੁਲ ਮਤਲਬ ਹੂ ਬਹੂ ਉਹਦਾ ਸਮਰਥਨ ਕਰਦਾ ਮੈਂ ਪੂਰੀ ਤਰ੍ਹਾਂ ਸਮਰਥਨ ਕਰਦਾ ਇਟ ਇਜ਼ ਅ ਵੇਕ ਅਪ ਕਾਲ ਇਟ ਇਜ਼ ਅ ਸਾਇਰਨ ਜਿਹਨੂੰ ਕਹਿੰਦੇ ਨੇ ਨਾ ਘੁੱਗੂ ਬੋਲਦਾ ਵੀ ਹੁਣ ਬਾਜ ਆ ਜਾਓ ਕਿਉਂਕਿ ਅਸੀਂ ਸੈਟਲਮੈਂਟ ਦਿੱਤੀ ਹੈ ਉਹਨਾਂ ਨੂੰ ਜਿੱਥੇ ਲੋਕ ਵੱਸ ਰਹੇ ਆ ਜਿਹੜੀਆਂ ਪੁਰਾਣੀਆਂ ਉਹ ਨੇ ਅਸੀਂ ਸੈਟਲਮੈਂਟ ਇਹਦੇ ਵਾਸਤੇ ਨਹੀਂ ਦਿੱਤੀ ਕਿ ਗੌਰਮੈਂਟ ਦੀਆਂ ਜ਼ਮੀਨਾਂ ਜਿਹੜੀਆਂ ਖਾਲੀ ਪਈਆਂ ਨੇ ਉਹਨਾਂ ਦੇ ਉੱਤੇ 2-2 ਦੀਵਾਰਾਂ ਬਣਾ ਕੇ ਕਹੋ ਜੀ ਵੀ 20 ਏਕੜ ਮੇਰੇ ਹੋ ਗਏ ਸਰ ਵਿਲ ਯੂ ਟੇਕ ਐਕਸ਼ਨ ਅਗੇਂਸਟ ਯੂਅਰ ਐਮਐਲਏ ਇਟਸ ਨੋ ਸੀ ਆਰ ਐਕਸ਼ਨ ਦੇਖੋ
our action was against the officers who connived with the people. ਪਤਾ ਨਹੀਂ ਲੱਗਣ ਦਿੱਤਾ ਡਿਪਾਰਟਮੈਂਟ ਨੂੰ, ਉਹ ਲੈ ਲਿਆ ਸੀ ਔਰ ਆਰਡਰ ਦਿੱਤਾ ਵੀ ਉਹ ਹੋਵੇ। ਹੁਣ ਜੇ ਕੋਈ ਬੰਦਾ 7 acre ਥਾਂ ਜਿੱਥੇ ਕੋਈ ਰਿਹਾਇਸ਼ ਨਹੀਂ ਹੈ, ਜਿੱਥੇ ਇੱਕ ਕੋਠਾ ਬਣਿਆ ਹੋਇਆ, ਉੱਥੇ ਕਹੇ ਜੀ ਵੀ ਇੱਥੇ ਲੋਕਾਂ ਨੂੰ ਨੁਕਸਾਨ ਹੋ, ਲੋਕ ਹੈ ਹੀ ਨਹੀਂ ਉੱਥੇ, ਤੇ ਜੇ ਕੋਈ 60 acre ਤੇ ਮੈਂ ਬਖਸ਼ਣਾ ਨਹੀਂ ਕਿ ਭਾਈ ਇੱਥੇ ਕੋਈ ਰਿਹਾਇਸ਼ ਨਹੀਂ, ਫਿਰ ਤੂੰ ਕਿਉਂ ਚੂਚੂ ਕਰਦਾ? ਇੱਕ ਨੰਬਰ ਇਹ ਵੀ ਜਦੋਂ ਕੋਈ ਰਿਹਾਇਸ਼ ਨਹੀਂ ਫਿਰ ਤੈਨੂੰ ਕੀ ਕੌਣ ਚੂੰਡੀ ਵੜਦਾ? ਦੂਜੀ ਗੱਲ, ਜੇ ਜਦੋਂ ਇਹ ਕਾਲੋਨੀ ਦਾ ਕੋਈ CLU ਨਹੀਂ ਹੋਇਆ ਤੇ 1 acre ਸਰਕਾਰ ਨੂੰ 70 lakh ਦਿੰਦਾ, ਕੌਣ ਦਊ? ਹਾਂਜੀ, ਦੂਜੀ ਗੱਲ ਜੇ ਇਹੀ ਕਰਨਾ ਸਰੈਂਡਰ ਕਰਨਾ ਤੇ ਫਿਰ ਸਰੈਂਡਰ ਕਰ ਦਿਓ, ਇੱਥੇ ਵੀ ਲਵਾ ਦਿਓ, ਉੱਥੇ ਵੀ ਲਵਾ ਦਿਓ, ਸਭ ਪਾਸੇ ਕਬਜ਼ੇ ਕਰਾ ਦਿਓ। ਸਾਹਿਬ ਅੱਜ ਕਪੂਰਥਲਾ ਪਹਿਲੀ ਵਾਰੀ ਆਇਆ ਹਾਂ, ਲੋਕਾਂ ਨੇ ਕਪੂਰਥਲਾ ਪਹਿਲੀ ਵਾਰ ਆਇਆ ਹਾਂ, ਕਿਸੇ ਦਾ ਚੁੰਡੀ ਨਾ ਜੋੜ ਕੇ ਕਾਂਗਰਸ ਦੀ ਮੈਨ ਨਹੀਂ ਪਹੁੰਚੇ ਇੱਥੇ, ਕਾਂਗਰਸ ਹੀ ਨਹੀਂ ਪਹੁੰਚੇ, ਕੋਈ ਵੀ ਕਾਂਗਰਸ ਮੈਨ ਨਹੀਂ ਹੈਗਾ। ਮੇਰੀ ਇੱਕ ਗੱਲ ਸੁਣ, ਜੇ ਕਾਂਗਰਸ ਮੈਨ ਨੂੰ ਐਮਐਲਏ ਨਹੀਂ ਹੈਗੇ, ਜੇ ਕਿਸੇ ਕਾਂਗਰਸ ਮੈਨ ਨੂੰ ਬੁਲਾਇਆ ਹੋਵੇ ਤਾਂ ਹੈ। ਓਕੇ, ਗੱਲ ਸੁਣਨਾ, ਮੈਂ ਕਿਉਂ ਬੁਲਾਵਾਂ? ਮੈਨੂੰ ਗੱਲ ਸੁਣ, ਇੱਥੇ ਮੈਂ ਇੰਸਪੈਕਸ਼ਨ ਕਰਨ ਆਇਆ, ਇੱਥੇ ਮੈਂ ਟੂਰਿਜ਼ਮ ਦੀ ਗੱਲ ਕਰਨ ਆਇਆ, ਇੱਥੇ ਮੈਂ ਪੋਲੀਟੀਕਲ ਰੈਲੀ ਕਰਨ ਆਇਆ। ਠੀਕ ਹੈ, ਗੱਲ ਤਾਂ ਸਿਆਣੀ ਕਰ, ਇੱਥੇ ਕਾਂਗਰਸ ਦਾ ਐਮਐਲਏ ਕੀ ਕਰੂ ਮੈਨੂੰ ਦੱਸ? ਇੱਥੇ ਇੱਥੇ ਕਾਂਗਰਸ ਨੂੰ ਜੇ ਮਤਲਬ ਰਾਣਾ ਸੀ ਸਾਹਿਬ ਨੇ ਉਹ ਚਲੇ ਗਏ ਸੀਗੇ, ਸਾਡਾ ਪ੍ਰੋਗਰਾਮ ਹੀ ਦੁਪਹਿਰੇ ਬਣਿਆ, ਅਸੀਂ ਪਹਿਲਾਂ ਹਰੀਕੇ ਜਾ ਰਹੇ ਸੀਗੇ, ਇਟਸ ਟੂਰਿਜ਼ਮ ਟ੍ਰਿਪ ਫੋਰ ਆਲਮੋਸਟ 4 days ਤੇ ਮੈਂ ਕਿਤੇ ਇਨਫੋਰਮ ਕਰਦਾ।